ਦਾਦੀ ਜਿਹੜੇ ਬਾਸ ਸਟੈਚੂ ਨਹੀਂ ਖੜੇ ਹੁੰਦੇ ਮਾਨੇ ਤੇ ਕਈ ਕੁੱਤੇ ਭੌਂਕੂਗੇ ਦੇ ਪਿਤਾ ਵੀ ਲੈ ਕੇ ਹੀ ਨਾਲ ਮੈਂ ਲੋਨ ਨੂੰ जिन्हें जो बकवास करनी है करी जाओ, आई डोंट केयर। पहले तुसी सारे जने आ जाओ, कोई गल नहीं, फिर दसते हैं थोनू गल की हुई है। इन्ने वेले है ना लोकी उदा जिन्ने इत्थे आए ना स्वाद लैन आए आ, एक मिनट नहीं हो लाइव किते नू 17 18 यार जने आ गए देखन, इन्ने वेले सीगे टाइम दे उत्ते फोन दे उत्ते बैठे सी मतलब देखन नू। सब तरके हो गए बीबी दे, थैंक यू। आज 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 तेरी चढ़ाई बहुत आ। ਜਿਹਨੇ ਬਕਵਾਸ ਕਰਨੀ ਕਰੀ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੇ ਬੋਲਣ ਨਾਲ, ਸਹੀ ਹੈ। ਆਪਣਾ ਮੂੰਹ ਗੰਦਾ ਕਰਦੇ ਪਏ ਆ ਤੁਸੀਂ ਲੋਕ, ਆਪਣਾ ਕਿਉਂ ਖੂਨ ਸਾੜਦੇ ਪਏ ਆ? ਹੈ ਮੈਂ ਤੁਹਾਨੂੰ ਕੁਛ ਕਹਿੰਦੀ ਹਾਂ, ਦੱਸੋ ਤੁਸੀਂ ਐਵੇਂ, ਮੈਨੂੰ ਲੱਗਦਾ ਰੋਟੀ ਪਾਣੀ ਕਿਸੇ ਨੇ ਨਹੀਂ ਖਾਧਾ ਹੋਣਾ, 3-4 ਦਿਨ ਹੋ ਗਿਆ ਇੱਥੇ ਸਾੜ ਘੋਲੀ ਜਾਂਦੇ ਆ, ਦਿਲ 'ਚ ਗਾਲਾਂ ਕੱਢੀ ਜਾਂਦੇ ਆ, ਉਹਨੂੰ ਕੱਢੀ ਜਾਂਦੇ ਆ, ਫੋਨ ਲਾ ਲਾ ਦੱਸ ਦੇਣ ਲੋਕਾਂ ਨੂੰ ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਕਿਉਂ ਤੁਹਾਡਾ ਢਿੱਡ 'ਚ ਨਾ ਨਹੀਂ ਆਉਣ ਲੱਗਾ ਕਿਸੇ ਨੂੰ ਪੁੱਛੇ? ਤੇ ਜਿਹੜੀ ਆ ਗੱਲ ਕਰਦੇ ਪਏ ਨਾ ਢਿੱਲੋ ਵਾਲੀ, ਸਹੀ ਆ, ਇਹਦਾ ਤਾਂ ਮੈਂ ਮੂੰਹ ਰੰਗ ਕੇ ਇੱਦਾਂ ਦਾ ਭੰਨੂਗੀ ਨਾ ਸਵਾਰ ਕੇ, ਮੈਨੂੰ ਰੂੜੀ ਦੱਸਦਾ ਆਪ ਦੀ ਦੇਖੀ ਇਹਨੇ। ਹਾਂ ਸਾਰਿਆਂ ਨੂੰ ਕਹਿੰਦਾ ਫਿਰਦਾ ਸੀਗਾ ਕਿ ਹਾਂ ਮੇਰੀ ਤਾਂ ਉਹਨਾਂ ਲੜਾਈ ਹੋ ਗਈ ਆ, ਮੇਰਾ ਕੇਸ ਚੱਲਦਾ, ਮੈਂ ਤਾਂ ਰੱਖਣੀ ਨੀ। ਉਦੋਂ ਤਾਂ ਉਹਨੂੰ ਇੰਨਾ ਜਲੀਲ ਕੀਤਾ ਸੀਗਾ ਇਹ, ਹਾਂ ਯਾਰਾਂ ਦੋਸਤਾਂ ਨੂੰ ਘਰੇ ਸਵਾਂਦਾ, ਇਹ ਹੁੱਕੇ ਪੀਂਦਾ, ਜੇ ਅੱਜ ਉਹਦੇ ਪੁਰਾਣੇ ਪੀ ਲਿਆ ਤੇ ਇਹਨੂੰ ਕੀ ਅੱਗ ਲੱਗ ਗਈ ਦੱਸੇ ਭਲਾ? ਹੈਂ ਇਹ ਜ਼ਿਆਦਾ ਅਸੂਲਾਂ ਦਾ ਪੱਕਾ ਆ ਨਾ, ਇਹੀ ਕਹਿੰਦਾ ਸੀ ਨਾ ਹਾਂ ਜਿਹੜਾ ਇੱਕ ਵਾਰੀ ਦਿਲ ਤੋਂ ਲੈ ਜੇ ਮੁੜ ਕੇ ਲਾਈਦਾ ਨੀ, ਉਹਨੂੰ ਤਾਂ ਨਾਲ ਚ ਪਕਾਈ ਫਿਰਦਾ ਤੂੰ। ਆ ਤੇਰੀ ਥੋੜੇ ਦਿਨ ਪਹਿਲਾਂ ਦੀ ਵੀਡੀਓ ਆ ਜਿਹੜੀ ਤੂੰ ਉਹਨਾਂ ਪਾਈ ਆ ਚਿੰਬੜ ਕੇ, ਹੱਲੇ ਵੀ ਪਿਆਰ ਕਰਦੀ ਆ ਮੈਨੂੰ? ਹੈਂ ਤੂੰ ਹੀ ਬੋਲਣ ਦਿਆ ਆ, ਉਹ ਪਹਿਲਾਂ ਦੀ ਤਾਂ ਨੀ ਹੈਗੀ ਹੁਣ ਦੀ ਆ। ਉਹ ਜਿਹਨੇ ਜੋ ਕਹਿਣਾ ਕਹੀ ਜਾਓ, ਮੈਨੂੰ ਕੋਈ ਫਰਕ ਨੀ ਪੈਂਦਾ, ਕੋਈ ਫਰਕ ਨੀ ਪੈਂਦਾ, ਸਹੀ ਆ। ਜਿਹਨੇ ਜੋ ਬਕਵਾਸ ਕਰਨੀ ਕਰੀ ਜਾਓ। ਪਹਿਲੀ ਗੱਲ ਤਾਂ ਮੈਂ ਕੋਈ ਕਿਸੇ ਭਰਾਵਾਂ ਚ ਪਵਾੜ ਨਹੀਂ ਪਾਇਆ, ਸਹੀ ਆ। ਮੈਨਸ਼ਨ ਮੈਨੂੰ ਪਹਿਲਾਂ ਦਾ ਕੀਤਾ ਸੀਗਾ ਮਹਾਂਵੀਰ ਨੇ, ਸਹੀ ਆ, ਸਾਰਿਆਂ ਨੂੰ ਪਤਾ ਆ। ਔਰ ਫੋਲੋ ਵੀ ਉਹਨੇ ਪਹਿਲਾਂ ਦਾ ਕੀਤਾ ਸੀਗਾ, ਇਹ ਜਿੱਦਣ ਮਹਾਂਵੀਰ ਨੇ ਮੇਰੀ ਪੋਸਟ ਪਾਈ ਸੀਗੀ, ਸਹੀ ਆ, ਉਦਣ ਇਹਦੇ ਭਰਾ ਨੇ ਇਹਨੂੰ ਬਲੋਕ ਕੀਤਾ, ਢਿੱਲੋਂ ਨੇ ਖੁਦ ਬਲੋਕ ਕੀਤਾ, ਇਹ ਫੋਲੋਇੰਗ ਚੋਂ ਤਾਂ ਉੱਡਿਆ, ਸਹੀ ਆ। ਲੋਕਾਂ ਨੇ ਗੱਲ ਬਣਾਤੀ ਤੇਰੇ ਕਰਕੇ ਇਹਨੇ ਇਹ ਕੀਤਾ ਉਹ ਕੀਤਾ, ਸਹੀ ਆ, ਮੇਰੇ ਕਰਕੇ ਕੁਛ ਨਹੀਂ ਹੋਇਆ। ਬਾਕੀ ਇਹਨੂੰ ਮੇਰੇ 'ਚ ਜ਼ਿਆਦਾ ਲੜਦੀ ਹੈ ਨਾ ਲੜੀ ਜਾਣ 'ਤੇ। ਆਪਣਾ ਇਹਨੇ ਮੂੰਹ ਕਦੀ ਦੇਖਿਆ ਚਪੜਾਸੀ ਨੇ? ਮੇਰੇ ਸਾਹਮਣੇ ਤਾਂ ਆਵੇ ਇਹਦੇ ਯਾਰ, ਕਿਤੇ ਮਾਰ ਮਾਰ ਚਪੇੜਾ ਨਾ ਮੂੰਹ ਦੇ ਉੱਤੇ, ਇਹਦਾ ਮੂੰਹ ਪਛਗਲ ਇੱਕੋ ਜਿਹੀ ਕਰ ਦਵਾਂ ਇਹਦੀ, ਬਾਂਦਰ ਦੀ। ਤੁਸੀਂ ਲੋਕ ਪਤਾ ਨਹੀਂ ਤੋਂ ਕੀ ਲੈਂਦੇ ਆ, ਇਹ ਜੋ ਆ ਢਿੱਲੋ ਐ ਢਿੱਲੋ, ਮੈਨੂੰ ਤਾਂ ਕੁਛ ਲੱਗਾ ਨੀ ਇਹ 'ਚ ਖਾਸ, ਕੀ ਆ ਇਹ ਬਾਂਦਰ ਮੂੰਹ ਵਾਲਾ ਟੱਕਰੇ ਦਾ? ਸਹੀ, ਇਹਨੂੰ ਪੁੱਛੋ, ਇਹਨੂੰ ਇਹਨੂੰ ਰੰਡੇ ਨੂੰ, ਇਹਨੂੰ ਦੱਲੇ ਨੂੰ ਪੁੱਛੋ, ਜਿਹੜੀ ਤੇਰੀ ਗੱਡੀ ਤੇ ਜਿਹੜੇ ਸਪੋਲੀਏ ਬਣਾ ਗਏ ਸੀ ਨਾ ਗੁੱਚੀ ਵਾਲੇ ਸੱਪ ਇੰਡੈਵਰ ਤੇ 10 ਦਿਨ ਪਹਿਲਾਂ, ਸਹੀ ਆ, ਉਹ ਤੇਰੀ ਉੱਥੋਂ ਜੋ ਚੰਡੀਗੜ੍ਹ ਗੱਡੀ ਮੈਂ ਹੀ ਛੱਡ ਕੇ ਆਈ ਸੀ ਅੰਮ੍ਰਿਤਸਰ, ਸਹੀ ਆ। ਤੂੰ ਜ਼ਿਆਦਾ ਬਣਿਆ ਫਿਰਦਾ ਹੈ ਨਾ, ਉਹ ਤਾਂ ਤੂੰ ਸਟੋਰੀ ਪਾਈ ਨਹੀਂ ਸੀ, ਕਿਉਂ ਉਹ ਤੂੰ ਤਾਂ ਕੁਛ ਕਹਿ ਨਹੀਂ ਹੋਇਆ, ਜਿਹੜੇ ਤਾਂ ਤੇਰੀ ਉਹ ਗੁੱਚੀ ਵਾਲਾ ਸੱਪ ਬਣਾ ਗਏ ਸੀ ਤੇਰੀ ਗੱਡੀ ਤੇ, ਉਹਦਾ ਤਾਂ ਬੋਲ ਨਹੀਂ ਹੋਇਆ ਤੇਰੇ ਤੋਂ। ਰਾਤ ਨੂੰ ਗੱਡੀ ਲੁਕੋ ਕੇ ਲੈ ਕੇ ਆਇਆ ਸੀ, ਦਿਨੇ ਗੱਡੀ ਨਾ ਲੈ ਕੇ ਜਾਇਓ, ਰਾਤ ਨੂੰ ਲੈ ਕੇ ਜਾਇਓ, ਲੋਕੀ ਦੇਖਣਗੇ ਵੀਡੀਓ ਬਣਾਉਣਗੇ। ਉਹ ਤੇਰੀ ਗੱਡੀ ਮੈਂ ਹੀ ਛੱਡ ਕੇ ਆਈ ਸੀ, ਕੁੱਤਿਆ ਬਕਵਾਸ ਕਰਦਾ ਭੌਂਕਦਾ। ਜਨਾਨੀ ਇਹਦੀ ਨੇ ਕੇਸ ਲਾਇਆ, 80 ਲੱਖ ਰੁਪਈਆ ਮੰਗਦੀ ਆ, ਹੁਣ ਇਹਨੂੰ ਦੇਣ 80 ਲੱਖ। ਤੇਰਾ ਭਰਾ ਹੀ ਦੱਸਦਾ, ਸਹੀ ਆ, ਜਿਹੜੀਆਂ ਤੂੰ ਰੰਗ ਬਿਰੰਗੀਆਂ ਘਰੇ ਲੈ ਕੇ ਆਉਣਾ ਹੈ ਨਾ, ਪੈਂਟਾਂ ਪਾ ਬੜੀ ਫੋਟੋ ਸ਼ੂਟ ਕਰਾਉਣਾ ਦਾਦੀ ਨੂੰ ਬਿਠਾ ਬਿਠਾ ਮੰਜੇ ਤੇ, ਸਾਰੀਆਂ ਫੋਟੋਆਂ ਤੇਰੀਆਂ ਦੇ ਤੋਂ ਪਈਆਂ ਆ, ਸਹੀ ਆ। ਆਪਣੀਆਂ ਤਾਂ ਸਾਂਭੀਆਂ ਨੀ ਜਾਂਦੀਆਂ, 5-5, 6-6 ਲਈ ਫਿਰਦਾ ਤੂੰ। ਪਤਾ ਨਹੀਂ ਮੈਨੂੰ ਕੁਛ ਨਹੀਂ, ਦੁਬਈ ਦੀ ਫੋਟੋ ਨਾ ਲੈ।
ਸਿਆਣੀ ਦੀਆਂ ਦਾਦੀ ਦੀਆਂ ਇਹਦੀਆਂ ਉਹਦੀਆਂ ਸਾਰੀ ਜਾ ਕੇ ਨਾ ਆਪਣੀਆਂ ਸਾਂਭ ਸਹੀ ਆ ਜੇ ਉਹਨੇ ਗੱਲ ਕਰ ਲਈ ਤਾਂ ਤੈਨੂੰ ਕੀੜੇ ਪੈ ਗਏ ਆ ਜਿਹੜਾ ਤੂੰ ਬਣਿਆ ਫਿਰਦਾ ਆ ਆਪਣੇ ਆਪ ਚ ਹੈਗਾ ਕੀ ਆ ਚਮਗਾਦੜ ਜਿਹਾ ਤੇ ਜਿਹੜੇ ਆ ਨਾਲ ਤੂੰ ਬਿਠਾਏ ਨਾ ਪਿੱਛੇ ਜਿਹੜੇ ਆਪਣੇ ਬਿਠਾ ਕੇ ਰਤੀ ਲਾਈਵ ਤੇ ਲੱਗਾ ਸੀਗਾ ਉਹ ਕਿੱਠ ਮੁੱਠੀ ਜੇ ਨਿੱਕੇ ਜੇ ਧਰਤੀ ਚੋਂ ਨਿਕਲੇ ਨੀ ਤਾਂ ਗੱਲਾਂ ਏਡੀਆਂ ਮਾਰਦੇ ਆ ਉਹਨੂੰ ਕੁਝ ਆ ਕੇ ਆਪਣਾ ਵਿਆਹ ਕਰਾ ਜਿਹੜਾ ਤੂੰ ਕਰਾਉਂਦੇ ਆ ਸਹੀ ਆ ਕਿਤੇ ਹੋਰ ਹੀ ਨਾ ਕੁਛ ਕਰਾ ਕੇ ਬਹਿ ਜਾਵੀ ਤੇਰੇ ਨਾਲ ਦੇ ਤੇਰਾ ਘਰ ਤੇਰੇ ਭਰਾਵਾਂ ਚ ਲੜਾਈ ਉਹ ਹੀ ਪਾਉਂਦੇ ਆ ਸਹੀ ਆ ਮੈਂ ਨੀ ਪਾਉਂਦੀ ਨਾ ਮੈਨੂੰ ਲੋੜ ਆ ਆਇਆ ਵੱਡਾ ਢਿੱਲੋ ਜਿੱਦਾਂ ਦਾ ਉਹਨੇ ਘਰੇ ਰੱਖਿਆ ਵੇ ਕੀ ਨਾਮ ਉਹਦਾ ਫਿਰ ਕੀ ਨਾਮ ਇਹਦੇ ਕੁੱਤੇ ਦਾ ਪੈਂਥਰ ਉਹ ਉਹੀ ਆ ਪੈਂਥਰ ਦੇ ਮੂੰਹ ਵਾਲਾ ਬਾਂਦਰ ਤੇਰਾ ਭਰਾ ਹੀ ਮੈਨੂੰ ਕਰਤੂਤਾਂ ਦੱਸਦਾ ਤੇਰੀਆਂ ਸਾਰੀਆਂ ਸਹੀ ਆ ਸਭ ਪਤਾ ਮੈਨੂੰ ਤੂੰ ਕਿੰਨਾ ਕੁ ਆਪਣੇ ਭਰਾ ਦਾ ਕਰਦਾ ਕਿੰਨਾ ਕੁ ਨਹੀਂ ਕਰਦਾ ਡਾਈਟਾਂ ਬਣਾ ਕੇ ਕਹਿੰਦਾ ਮੈਂ ਖਿਲਾਨਾ ਹੈ ਸਾਰੀ ਦਿਹਾੜੀ ਅੰਡੇ ਪਾਲਣ ਨੂੰ ਤਾਂ ਤੂੰ ਮਹਾਵੀਰ ਨੂੰ ਰੱਖਿਆ ਸੀਗਾ ਕਦੇ ਮਹਾਵੀਰ ਅੰਡੇ ਪਾਲ ਦੇ ਮਹਾਵੀਰ ਬ੍ਰੈਡਾਂ ਨੂੰ ਜੈਮ ਲਾ ਦੇ ਮਹਾਵੀਰ ਦੁੱਧ ਬਣਾ ਦੇ ਮਹਾਵੀਰ ਸ਼ੇਕ ਬਣਾ ਦੇ ਹੈਂ ਤੂੰ ਕਰੀਆਂ ਡਾਈਟਾਂ ਖਿਲਾਨਾ ਹੀ ਉਹਨੂੰ ਸਭ ਜਾਣਦੀ ਮੈਂ ਨੌਕਰ ਬਣਾ ਕੇ ਰੱਖਿਆ ਤੂੰ ਤੇਰਾ ਭਰਾ ਹੀ ਰੋਣੇ ਰੋਂਦਾ ਸੀ ਮੇਰੇ ਕੋਲ ਆ ਕੇ ਆਇਆ ਵੱਡਾ ਤੂੰ ਗੱਡੀਆਂ ਧੋਣ ਨੂੰ ਤੂੰ ਉਹਨੂੰ ਰੱਖਿਆ ਸੀਗਾ ਇੱਥੇ ਜਾਣਾ ਗੱਡੀ ਧੋ ਆ ਕੇ ਲੈ ਆਈ ਮਹਾਵੀਰ ਇੱਥੇ ਜਾਣਾ ਆ ਕੱਪੜੇ ਚੱਕ ਲਿਆ ਉੱਥੋਂ ਚੱਕ ਲਿਆ ਆਹ ਕਰ ਲਾ ਉਹ ਕਰ ਲਾ ਭਰਾ ਥੋੜੀ ਤੂੰ ਤਾਂ ਨੌਕਰ ਬਣਾਇਆ ਭਰਾ ਤਾਂ ਤੇਰੇ ਜਿਹੜੇ ਉਹ ਪਿੱਛੇ ਦੋ ਕੁੱਤੇ ਦੇ ਮੂੰਹ ਵਾਲੇ ਚਮਗਾਦੜ ਜਿਹੜੇ ਹੁੰਦੇ ਨਾ ਅੱਗ ਲਾ ਕੇ ਕੁੱਤਾ ਢੇਰ ਤੇ ਉਹ ਜਿਹੜੇ ਦੋ ਉਹ ਦੋਨੋਂ ਪਿੱਛੇ ਰਾਤੀ ਲਾਈਵ ਚ ਬੈਠੇ ਸੀਗੇ ਜਿਹਨੇ ਜੋ ਬੋਲਣੀ ਬਕਵਾਸ ਕਰੀ ਜਾਓ ਕੁੱਤੇ ਆ ਤੁਸੀਂ ਵਿਹਲੇ ਹੈਗੇ ਆ ਇੰਨੇ ਜਣੇ ਆਏ ਨਾ ਕਈ ਦੇ ਵਿੱਚ ਚਲੋ ਸਹੀ ਜਿਹੜੇ ਆਏ ਆ ਬਾਕੀ ਜਿਹੜੇ ਗਾਲਾਂ ਕੱਢੀ ਜਾਂਦੇ ਬਿਨਾ ਗਾਲਾਂ ਤੋਂ ਕੱਢੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੀ ਗਾਲਾਂ ਨਾਲ ਸਹੀ ਹੈ ਆਪਣਾ ਮੂੰਹ ਗੰਦਾ ਕਰਦੇ ਪਏ ਆ ਮੇਰੀ ਮਾਂ ਨੂੰ ਗਾਲਾਂ ਕੱਢਦੇ ਨਾ ਤੇਰੀ ਮਾਂ ਨੂੰ ਲੱਗਦੀਆਂ ਪਈਆਂ ਸਹੀ ਹੈ ਆਪਣੀ ਮਾਂ ਨੂੰ ਕੱਢ ਲਾ ਇੱਥੇ ਕਿਉਂ ਲਾਈਵ 'ਚ 30 ਰੁਪਏ ਆਪਣੇ ਨੈੱਟ ਪੈਕ ਖਰਾਬ ਕਰਨ ਆਇਆ ਘਰੇ ਤੇਰੀ ਮਾਂ ਬੈਠੀ ਆ ਨਾ ਉਹਨੂੰ ਗਾਲਾਂ ਕੱਢ ਲਾ ਜਾ ਕੇ ਸਹੀ ਹੈ ਇਹਦੇ ਢਿੱਲੋ ਨੇ ਮੇਰੀ ਫੋਟੋ ਪਾਈ ਨਾ ਮਿਰਚ ਬਣਾ ਕੇ ਮਿਰਚ ਤਾਂ ਇਹਦੇ ਲੜੀ ਆ ਸਹੀ ਆ ਵੀ ਅੱਗੇ ਉਹਦੇ ਸਾਰੇ ਕਹਿਣੇ ਮੰਨਦਾ ਸੀਗਾ ਨਾ ਅੱਗੇ ਦੀ ਗੱਡੀਆਂ ਸਾਫ਼ ਕਰਦਾ ਹੀ ਧੋਂਦਾ ਸੀਗਾ ਹੁਣ ਉਹਦੀ ਕੋਈ ਗੱਲ ਨਹੀਂ ਮੰਨਦਾ ਤਾਂ ਕਰਕੇ ਇਹਨੂੰ ਅੱਗ ਲੱਗਦੀ ਆ ਹੁਣ ਕਿਸੇ ਨੌਕਰ ਚਾਹੀਦਾ ਹੋਣਾ ਇਹਨੂੰ ਕੋਈ ਤੁਸੀਂ ਤੁਹਾਡੇ 'ਚੋਂ ਇੱਕ ਅੱਧਾ ਜਣਾ ਲੱਗ ਜਾਓ ਉਹਦਾ ਨੌਕਰ ਢਿੱਲੋ ਦਾ ਕੁੱਤੇ ਦੇ ਮੂੰਹ ਵਾਲਾ ਚਪੜਾਸੀ ਇਹਨਾਂ ਤਾਂ ਰਹਿਣਾ ਸਾਰੀ ਜ਼ਿੰਦਗੀ ਛੜੇ ਹੀ ਆ ਘਰ 'ਚ ਕੋਈ ਹੈਗੀ ਜਨਾਨੀ ਦੀ ਇਹਨਾਂ ਦੇ ਮੈਨੂੰ ਨਹੀਂ ਲੱਗਦਾ ਕੋਈ ਬਸੂਗੀ ਇਹਨਾਂ ਦੇ ਆ ਕੇ ਤੁਸੀਂ ਆਪ ਆ ਫੋਲੋ ਕਰਦੇ ਸਵਾਦ ਲੈਣੇ ਜਿਹੜਾ ਭੋਂਕਦਾ ਭੋਂਕੀ ਜਾਂਦੋ ਕੁੱਤੇ ਹੈਗੇ ਆ ਭੋਂਕਣਾ ਇਹਨਾਂ ਨੇ ਚਾਰ ਕੁ ਚੰਡੀਗੜ੍ਹ ਬੈਠੇ ਕੁੱਤੇ ਉਹਨੂੰ ਕਹਿ ਇੱਧਰ ਨੂੰ ਆਈ ਢਿੱਲੋ ਨੂੰ ਕਿਹਾ ਆਪਣੀ ਗੱਡੀ ਲੈ ਕੇ ਤੇਰਾ ਗੂਚੀ ਦਾ ਸੱਪ ਮੈਂ ਫਿਰ ਬਣਾਂਗੀ ਸਹੀ ਆ ਡਰਾਈਵਰ ਤਾਂ ਨਹੀਂ ਤੂੰ ਚਲਾਈ 15 ਦਿਨ ਹੋ ਗਏ ਕਿਉਂਕਿ ਉੱਥੇ ਕੋਈ ਜਣਾ ਪੇਚਕਸ ਦੇ ਨਾਲ ਨਾ ਚੰਗੀ ਤਰ੍ਹਾਂ ਸੱਪ ਬਣਾ ਕੇ ਗਿਆ ਸੀ ਇਹਦੀ ਗੱਡੀ 'ਤੇ ਇਹ ਤੋਂ ਉਹ ਉਦੋਂ ਤਾਂ ਕੁਛ ਹੋਇਆ ਨਹੀਂ ਹੈ ਹੁਣ ਇਹਨੇ ਕੀ ਕਰ ਲੈਣਾ ਆ ਨਾ ਕਰੋ ਫੋਲੋ ਮੈਨੂੰ ਮੈਂ ਤੁਹਾਨੂੰ ਕਹਿੰਦੀ ਹਾਂ ਫੋਲੋ ਕਰੋ ਮੈਨੂੰ ਜਾਓ ਆਪਣਾ ਜਾ ਕੇ ਨੈੱਟਵਰਕ ਸਾਂਭੋ ਇੱਥੇ 51,000 ਜਾਣੀ ਕੀ ਕਰਨਾ ਹੈ ਇੱਥੇ ਤੁਸੀਂ
अंब लैन आए है, जाओ अपना काम करो। जे मेन शकल नहीं देखनी है तुसी इत्थे अंब लैने फिर जाओ, फिर अपना इत्थे की करदे आ, मैसी मार मार के अपना खून सड़ी जाने तुसी। तो जाओ काम करो जाके आपदा, बस कर। ओ यार यार जाओ जाओ निकलो इत्थे। हाँ अपने ढिलो नू कह दियो जाके सही है, अपना मुंह जाके संभाले। मार मार चपेड़ा ना तो मुंह इको जा कर दूंगी, जे मेनू दोबारा बकवास कीती होर ही होणगीआं। सुन के चल गईआं, आया बड़ा मैं पुलिस च लगा, चिट्ठियां बंडदा फिरदा तू, कि डीसी लगा है साला। तेल पवा लिया तो गड्डी च पैसे नहीं हुंदे आ, मंग मंग तुही खाने आ। आया बड़ा बनिया फिरदा, फॉलोअर आले सिर ते उड्डिया फिरदा। मैं लगता जिन्हें मिलियन है ना यही लोग इन्हों खाण पीन पैसे देंदे होने के, ये तो कोई काम कार करते ही नहीं है। ये जनानी कहती सी स्मैक बेचते आ, चिट्टा बेचते आ, ये तो घरे बह बह हुक्के पीते आ। मैं देखा आ पीता है ये, मैं सारा पता ए टू जेड इन्होंने घर का। जाके ना अपना अपने मूह शकल ते इन्ने पैसे लाना ढिलो, अपने घर की रसोई जाके सवार ला। सही है, मैं देखी है थोड़े दिन पहले ही ओरी हालत बिगड़ी पई है, गैस गूस लवा ला ओ जाके। आप तो तू रहना नहीं करे घर का भी जाड़ बनाया पाया ना, उथे घर च कोई बसदा नहीं हुंदा, चिड़िया का रेंदे हुंदे ना ओ, उदा दा तेरा घर बनिया पिया है। आप तो अपने मूह इदा थोपड़ लैना आ, चंगे चंगे कपड़े पा लैना आ, जाके अपनी ओ भी कर ला, जाके रसोई भी करा ला माड़ी मोटी सही। ओ पैप निकले फिरदे आ, गैस तेरे घरे है नहीं है। पहले अपने घर के बहर जाके रूड़ी पवाओ जड़ी। बलजीत जेड़े बनिया फिर ना आई ट्वेंटी च बह के पाता पिया वीडियो है ना, उन्हें एक बार कुत्ते पुत नू पुछियो मेरी दित्ती है सही हो, बनिया फिर ना मंगवी गड्डिया दे विच स्टोरियां पाता बलजीत। उन्हें कहा मेरे सामने तो आई, तेरे घर दे ने तेनू घरों कढ दिता, बेदखल किया तेरे घर दे ने तेनू घरों, तू आप सड़का तुरिया फिरदा लोका दे घरे जा जा सोना आ, कचहरिया जे तू कोटा जे तू धक्के खाना फिरदा दूजे के दिन, तेनू कौन पुछदा। साडी आपसी गल, तू विच अंब लैणा आ, आके अपने तू फेम भालदा आ। साले वो केले खाण दे पैसे नहीं हुंदे सीगे, जानदी मैनू भी बलजीत नू भी चंगी तरह सही आ। जाओ ना मर्द ता ढिलो प्रीता, ओदी घर वाली इन्हें सारिया पोला खोलतीया, जाके यार इंटरव्यू सुनो, ओदी इंटरव्यू सुनो जाके। सही है, जाओ इंटरव्यू सुनो जाके ओदी, इत्थे क्यों मत्था मारी जांदे मेन ऐ जो हुण रन नूं चिंबड़िया फिरदा आ, हुण पता ना पैसे देने पैणे आ तां करके चिंबड़िया फिरदा। ढिलोड़ी रखी फिरदा ना बहर वाली, एयरपोर्ट ते छड के आया जिहनूं, उन्हें क्या ओदिया पाऊ फोटो तू खलो जरी, बनिया फिरदा ना तू जरा, चार चार पांच पांच रखी फिरदा, कदे इधर रात नू लिया घरे बाड़ लेंदा, चंडीगढ़ आंदा सीधा घरे। साडे घरे खड़िया है सही है, सानू लोड नहीं आई ट्वेंटी की, इदा कुत्ते नू दान कीती मैं, जिच घूमदा फिरदा स्टोरिया पांदा है। जेड़े फोन च स्टोरिया पांदा ओह भी मेरा दिता आ, बिल पे मेतो सही है, आया इत्थे बड़ा। ओ बोली जाओ कुत्ते, बकवास करना आए तो ही इत्थे बकवास करना है, होर कुछ नहीं करना है, बस भुंकी जाओ।
गंद घोलन आ गए इत्थे जिन्ने बैठे ना सारे वेले आ ए टू जेड वेले बंदे जेडे बेकार बंदे आ ना ओ इत्थे आए आ ਅਸੀਂ ਜਦੋਂ ਤੁਹਾਡਾ ਕੰਮ ਹੀ ਆ ਜੇ ਮੈਂ ਵਿਹਲੀ ਆ ਤੇ ਤੂੰ ਇੱਥੇ ਅੰਬ ਲੈਣ ਆਇਆ ਤੂੰ ਕੀ ਕਰਦਾ ਇੱਥੇ ਜਾ ਫਿਰ ਨਿਕਲ ਬਾਹਰ ਇੱਥੋਂ ਤੁਸੀਂ ਜਾਣਦੇ ਕਿਉਂ ਨਹੀਂ ਆ ਜੇ ਮੇਰੀਆਂ ਗੱਲਾਂ ਇੰਨੀਆਂ ਫਾਲਤੂ ਲੱਗਦੀਆਂ ਦਫਾ ਹੋ ਇੱਥੋਂ ਨਿਕਲੋ ਮਿੰਟ ਲਾਓ ਇੰਨੇ ਜਣੇ ਕੀ ਕਰਦੇ ਪਏ ਇੱਥੇ ਬੈਠੇ सर्च करना सी ਵਿਆਹ ਕਦੋਂ ਕਰਾਉਣਾ ਉਹ ਵੀ ਕਰਾ ਲਾਂਗੇ ਕੋਈ ਗੱਲ ਨਹੀਂ ਤੁਹਾਨੂੰ ਕਰਾ ਕੇ ਦੱਸੂਗੀ ਕਿੱਦਾਂ ਕਰਾਈਦਾ ਉਹਨੇ ਆਪ ਦਾ ਤਾਂ ਕਰਾਇਆ ਨੀ ਨਾ ਆਪ ਦਾ ਬਸਣ ਦਿੱਤਾ ਉਹਨੇ ਉਹਦਾ ਵੀ ਨੀ ਬਸਣ ਦੇਣਾ ਮੈਨੂੰ ਲੱਗਦਾ ਸਾਰਾ ਟੱਬਰ ਹੀ ਛੜਾ ਰਹਿਣਾ ਆ ਏ ਟੂ ਜੈਡ ਇਹਨਾਂ ਦੇ ਘਰ ਚ ਸਾਰੇ ਛੜੇ ਹੀ ਤੁਰੇ ਫਿਰਦੇ ਆ ਪਾਈ ਆ ਫਿੱਕ ਮੈਂ ਪਾਈ ਆ ਮੈਂ ਕਹਿੰਦੀ ਆ ਮੈਂ ਫਿੱਕ ਪਾਈ ਆ ਫਿਰ ਕੀ ਕਰ ਲੋਗੇ ਕਹਿੰਦੇ ਆ ਤਾਂ ਹਾਂ ਕੀਤਾ ਆ ਮੈਂ ਬਸ ਕੀਤਾ ਯਾਰ ਮੈਂ ਫਿਰ ਕੀ ਕਰਨਾ ਆ ਮੈਂ ਤੇ ਅੱਧੀ ਲੜਾਈ ਪਾ ਕੇ ਰੱਖੂ ਦੋਨਾਂ ਚ ਮੈਨੂੰ ਤਾਂ 1% ਨੀ ਚੰਗਾ ਲੱਗਦਾ ਬਾਂਦਰ ਵਾਲਾ ਮੂੰਹ ਵਾਲਾ ਜਿਹੜਾ ਮੈਨੂੰ ਰੂੜੀ ਦੱਸਦਾ ਨਾ ਆਪਣਾ ਮੂੰਹ ਦੇਖ ਉਹਨੂੰ ਆ ਗਿਆ ਮੁੱਛੜ ਨੂੰ ਮਿਲਣੇ ਤੋਂ ਪਹਿਲਾਂ ਫੋਨ ਲੋਕ ਤੇ ਗੁਲਾਇਆ ਸਿੱਧਾ ਕਹਿ ਹੀ ਦਿੰਦੀ ਨੰਬਰ ਬਲੌਕ ਤੇ ਕਿਉਂ ਪਾਇਆ ਕਿਸਮਤ ਤੇਰੀ ਬਹੁਤ ਚੰਗੀ ਸੀ ਤੈਨੂੰ ਜਾਣ
दिता हाथ मैं गलोक ते नहीं पाया सिद्धे रास्ते तू पा गई है मेनू पावे अंदरों ही अंदर ही तू खा गई है मेनू तेरे जान पिछो एक फायदा होया हाथ लगता है लिखना सिखा गई है मेनू मेरे उत्ते झूठे लाए सी ब्लेम पर रॉयल निशान देख कट दी नहीं तेरे चेहरे का क्यों रंग उड़िया हुण पहला वांगू गुड़े गा तू हसदी नहीं समय नाल तेरा कटिया पिया